ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਅੱਜ ਤੜਕਸਾਰ ਸਵਾਰੀਆਂ ਦੇ ਨਾਲ ਭਰੀ ਬੱਸ ਤੇ ਪਿਕਅਪ ਗੱਡੀ ਦਾ ਭਿਆਨਕ ਐਕਸੀਡੈਂਟ ਹੋ ਗਿਆ। ਬੱਸ ਸ਼੍ਰੀ ਮੁਕਤਸਰ ਸਾਹਿਬ ਦੇ ਡਿਪੂ ਦੀ ਹੈ ਤੇ ਕੋਟਕਪੂਰੇ ਤੋਂ ਸ਼੍ਰੀ ਮੁਕਤਸਰ ਸਾਹਿਬ ਆ ਰਹੀ ਸੀ ਕਿ ਅਚਾਨਕ ਉਦੇ ਕਰਨ ਪਿੰਡ ਦੇ ਕੋਲ ਮੁਕਤਸਰ ਕੋਟਕਪੂਰਾ ਹਾਈਵੇ ਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਬੱਸ ਦੇ ਡਰਾਈਵਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਕਅਪ ਵਾਲੇ ਦੀ ਅੱਖ ਲੱਗ ਗਈ ਸੀ, ਜਿਸ ਦੇ ਕਾਰਨ ਉਸ ਤੋਂ ਗੱਡੀ ਕੰਟਰੋਲ ਨਹੀਂ ਹੋਈ ਤੇ ਮੈਂ ਗੱਡੀ ਮੌਕੇ ਤੇ ਹੀ ਰੋਕ ਲਈ ਸੀ, ਪਰ ਪਿਕਅਪ ਗੱਡੀ ਨੇ ਆ ਕੇ ਬੱਸ ਦੇ ਨਾਲ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਰੀਬ 10 ਜਾਣਿਆਂ ਦੇ ਸੱਟਾਂ ਲੱਗੀਆਂ ਨੇ। ਸਾਰਾ ਕੀ ਹੈ ਮਾਮਲਾ, ਆਓ ਸੁਣਾਉਣੇ ਪੂਰੀ ਖਬਰ। ਬਾਈ ਜੀ ਕੀ ਨਾਮ ਹੈ? ਕੇਵਲ ਸਿੰਘ। ਕਿਹੜੇ ਡਿਪੂ ਵਿੱਚ ਕੰਮ ਕਰਦੇ ਹੋ? ਸ੍ਰੀ ਮੁਕਤਸਰ ਸਾਹਿਬ। ਤੇ ਅੱਜ ਜਿਹੜਾ ਕਾ ਹਾਦਸਾ ਹੋਇਆ ਉਹਦੇ ਬਾਰੇ ਕੀ ਦੱਸਣਾ ਹੈ? ਹਾਦਸਾ ਜੀ ਕੋਟਕਪੂਰੇ ਤੋਂ ਚੱਲ ਕੇ ਆ ਰਹੇ ਸੀ 8:04 'ਤੇ, ਅਤੇ 8:45 ਕਿਤੇ ਇੱਥੇ ਪਹੁੰਚੇ। ਇਹਨੂੰ ਜਿਹੜੀ ਅੱਖ ਉੱਖ ਲੱਗ ਗਈ ਟਿਕਾ ਪਾਲੀ ਦੀ, ਅਤੇ ਇਹ ਤੋਂ ਗੱਡੀ ਰੁਕੀ ਨਹੀਂ। ਗੱਡੀ ਮੈਂ ਤਾਂ ਰੋਕ ਲਈ ਸੀ, ਗੱਡੀ ਖੜੀ ਤੋਂ ਲੈ ਕੇ ਰੋਕੀ ਗਈ ਸੀ ਸ਼ਾਇਦ। ਸਵਾਰੀਆਂ ਦੀ ਬਚਾਅ ਹੋਇਆ? ਸਵਾਰੀਆਂ ਦਾ ਬਚਾਅ। ਸ਼੍ਰੀ ਮੁਕਤਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ।